ਡਿੰਪੀ ਢਿੱਲੋਂ ਦੀ ਕੋਈ ਰਾਇ ਨਹੀਂ ਸੀ ਜੀ ਇਹਨਾਂ ਨੇ ਤਾਂ ਰਾਇ ਮੈਂ ਤਾਂ ਸਾਰੀ ਇਹਨਾਂ ਤੋਂ ਮੰਗੀ ਆ ਜੀ ਜੋ ਮੇਰੇ ਨਾਲ ਅੱਜ ਮੇਰੇ ਸਮਰਥਕ ਆਏ ਸੀ ਮੈਨੂੰ ਪਿਆਰ ਕਰਨ ਵਾਲੇ ਆਏ ਸੀ ਮੈਨੂੰ ਚਾਹੁਣ ਵਾਲੇ ਆਏ ਸੀ ਇਹਨਾਂ ਸਾਰਿਆਂ 'ਤੇ ਮੈਂ ਗੱਲ ਛੱਡਤੀ ਸੀ ਵੀ ਆਪਾਂ ਨੂੰ ਕੀ ਫੈਸਲਾ ਲੈਣਾ ਚਾਹੀਦਾ ਪਹਿਲਾਂ ਤਾਂ ਇਹਨਾਂ ਨੇ ਇਹ ਫੈਸਲਾ ਕਰਤਾ ਵੀ ਤੁਸੀਂ ਜੋ ਫੈਸਲਾ ਕਰੋਗੇ ਅਸੀਂ ਤੁਹਾਡੇ ਨਾਲ ਹਾਂ ਤੁਸੀਂ ਕਿਸੇ ਵੀ ਪਾਰਟੀ ਜਾਓਗੇ ਅਸੀਂ ਉਵੇਂ ਜਿਵੇਂ ਨਾਲ ਚੱਲਾਂਗੇ ਫਿਰ ਇਹਨਾਂ ਨੇ ਵਿੱਚੋਂ ਕੁਛ ਸਿਆਣੇ ਬੰਦਿਆਂ ਨੇ ਰਾਇ ਕਰਕੇ ਇਹ ਕਿਹਾ ਵੀ ਦੇਖੋ ਜੀ 2-2.5 ਸਾਲ ਸਰਕਾਰ ਦੇ ਪਏ ਆ ਅਤੇ ਆਪਾਂ ਸਰਕਾਰ ਵੰਨੀ ਚੱਲੀਏ ਜਿਹੜੇ ਕੋਈ ਆਪਣੇ ਕੰਮ ਕਾਰ ਰਹਿੰਦੇ ਆ ਅਗਰ CM ਸਾਹਿਬ ਆ ਕੇ ਆਪਾਂ ਨੂੰ ਪ੍ਰੋਮਿਸ ਕਰਦੇ ਆ ਆਪਾਂ ਸਰਕਾਰ ਦਾ ਸਮਰਥਨ ਦੇਈਏ ਅਤੇ ਸਾਡਾ ਵੀ ਬੇੜਾ ਪਾਰ ਹੋ ਜੂ ਸ਼ਹਿਰ ਵਾਲੇ ਦੀ ਇਹ ਇੱਛਾ ਵੀ ਸਾਡਾ ਸਾਰਾ ਨਰਕ ਨਿਕਲ ਜੂ ਅਤੇ ਮੈਂ ਇਹਨਾਂ ਦੇ ਨਾਲ ਵੱਜਿਆ ਹੋਇਆ ਜੀ ਮੇਰੀ ਆਪਦੀ ਕੋਈ ਇੱਛਾ ਨਹੀਂ ਨਾ ਮੈਂ ਕੁਛ ਲੈਣਾ ਅੱਜ ਤੱਕ ਹਜੇ ਤੱਕ ਮੇਰੀ ਕਿਸੇ ਨਾਲ ਕੋਈ ਗੱਲ ਨਹੀਂ ਹੋਈ ਮੈਂ ਤੁਹਾਨੂੰ ਸਪਸ਼ਟ ਗੱਲ ਦੱਸਾਂ ਅੱਜ ਤੋਂ ਬਾਅਦ ਮੈਨੂੰ ਹੁਣ ਉਹਨਾਂ ਨੇ ਆਪਣਾ ਕੰਟੈਕਟ ਕਰਨਗੇ ਤੇ ਜਦੋਂ ਕਰਨਗੇ ਤੁਹਾਨੂੰ ਜ਼ਰੂਰ ਸਭ ਤੋਂ ਪਹਿਲਾਂ ਤੁਹਾਨੂੰ ਹੀ ਦੱਸਾਂਗੇ ਜੀ ਵੀ ਹੁਣ ਅਸੀਂ ਫਲਾਣੇ ਦਿਨ ਜੁਆਇਨਿੰਗ ਕਰ ਰਹੇ ਹਾਂ ਜੇ ਜੁਆਇਨਿੰਗ ਕਰਦੇ ਹੋ ਤਾਂ ਇਲੈਕਸ਼ਨ ਲੜਿਆ ਜਾਏਗਾ ਬਿਲਕੁਲ ਫਿਰ ਤਾਂ ਲੜਾਂਗੇ ਜੀ ਇਲੈਕਸ਼ਨ ਇਸੇ ਸ਼ਰਤ 'ਤੇ ਇਲੈਕਸ਼ਨ ਲੜਾਂਗੇ ਜੀ ਇਸੇ ਕਰਕੇ ਜੁਆਇਨਿੰਗ ਕਰਾਂਗੇ ਜੀ ਜੀ ਪਾਰਟੀ ਨੇ ਟਾਈਮ ਦਿੱਤਾ ਰਾਬਤਾ ਕਰਨ ਦਾ ਕੋਈ ਮੁੱਖ ਮੰਤਰੀ ਨਾਲ ਗੱਲ ਹੋਈ ਹੋਵੇ ਨਹੀਂ ਨਹੀਂ ਹਜੇ ਤੱਕ ਨਹੀਂ ਹੋਈ ਸੰਭਾਵਨਾ ਹਜੇ ਤੱਕ ਥੱਲੇ ਵਾਲਿਆਂ ਨਾਲ ਗੱਲ ਹੋ ਰਹੀ ਆ ਉਹ ਕਹਿੰਦੇ ਆ ਵੀ ਅਸੀਂ ਗੱਲ ਕਰਾ ਦਿੰਦੇ ਹਾਂ ਮੈਂ ਉਹਨਾਂ ਨੂੰ ਇਹੀ ਗੱਲ ਦਾ ਜਵਾਬ ਦਈ ਜਾਂਦਾ ਵੀ ਮੈਂ ਪਹਿਲਾਂ ਮੇਰੀ ਆਪਣਾ ਸੰਗਤ ਮੈਂ ਜਿਹਨਾਂ ਨੂੰ ਪਿਆਰ ਕਰਦਾ ਜਿਹੜੇ ਮੈਨੂੰ ਪਿਆਰ ਕਰਦੇ ਹਾਂਜੀ ਐਕਚੁਅਲੀ ਮੇਰਾ ਦਿਲ ਤਾਂ ਹੈ ਹੀ ਨਹੀਂ ਜੀ ਮੇਰਾ ਦਿਲ ਤਾਂ ਇਹਨਾਂ ਜੀ ਧੜਕਦਾ ਜਿਹਨਾਂ ਨੇ ਮੈਨੂੰ ਬਣਾਉਣਾ ਮੈਂ ਮੰਨਾ ਨਾ ਮੰਨਾ ਉਸ ਗੱਲ ਨਾਲ ਕੋਈ ਬੜਾ ਫਰਕ ਨਹੀਂ ਪੈਂਦਾ ਮੈਂ ਤਾਂ ਇਹਨਾਂ ਵਾਸਤੇ ਲੜ ਰਿਹਾ ਹੁਣ ਉਹ ਉਹਨਾਂ 'ਤੇ ਡਿਪੈਂਡ ਕਰਦਾ ਜੀ ਤੁਸੀਂ ਉਹਨਾਂ ਤੋਂ ਪੁੱਛ ਕੇ ਦੱਸ ਦਿਓ ਮੈਨੂੰ ਡੇਟ ਦੇ ਦਿਓ ਨਹੀਂ ਮੈਂ ਤਿਆਰ ਹਾਂ ਜੀ ਹੁਣ ਦੇਖੋ ਜੀ ਮੈਂ ਸਾਰੇ ਇਹਨਾਂ ਪਿਆਰਿਆਂ ਦਾ ਵੱਜਿਆ ਵਿਆਂ ਇੰਨਾ ਕੁ ਫੇਵਰ ਮੇਰਾ ਤੁਸੀਂ ਕਰ ਦਿਓ ਵੀ ਉਹਨਾਂ ਤੋਂ ਪੁੱਛ ਕੇ ਮੈਨੂੰ ਡੇਟ ਦੇ ਦਿਓ ਅਤੇ ਜਿੱਦੇ ਮਰਜ਼ੀ ਆ ਕੇ ਸਾਨੂੰ ਰਲਾ ਲੈਣ ਡਿੰਪੀ ਢਿੱਲੋਂ ਦੀ ਕੋਈ ਰਾਇ ਨਹੀਂ ਸੀ ਜੀ ਇਹਨਾਂ ਨੇ ਤਾਂ ਰਾਇ ਮੈਂ ਤਾਂ ਸਾਰੀ ਇਹਨਾਂ ਤੋਂ ਮੰਗੀ ਆ ਜੀ ਜੋ ਮੇਰੇ ਨਾਲ ਅੱਜ ਮੇਰੇ ਸਮਰਥਕ ਆਏ ਸੀ ਮੈਨੂੰ ਪਿਆਰ ਕਰਨ ਵਾਲੇ ਆਏ ਸੀ ਮੈਨੂੰ ਚਾਹੁਣ ਵਾਲੇ ਆਏ ਸੀ ਇਹਨਾਂ ਸਾਰਿਆਂ 'ਤੇ ਮੈਂ ਗੱਲ ਛੱਡਤੀ ਸੀ ਵੀ ਆਪਾਂ ਨੂੰ ਕੀ ਫੈਸਲਾ ਲੈਣਾ ਚਾਹੀਦਾ ਪਹਿਲਾਂ ਤਾਂ ਇਹਨਾਂ ਨੇ ਇਹ ਫੈਸਲਾ ਕਰਤਾ ਵੀ ਤੁਸੀਂ ਜੋ ਫੈਸਲਾ ਕਰੋਗੇ ਅਸੀਂ ਤੁਹਾਡੇ ਨਾਲ ਹਾਂ ਤੁਸੀਂ ਕਿਸੇ ਵੀ ਪਾਰਟੀ ਜਾਓਗੇ ਅਸੀਂ ਉਵੇਂ ਜਿਵੇਂ ਨਾਲ ਚੱਲਾਂਗੇ ਫਿਰ ਇਹਨਾਂ ਨੇ ਵਿੱਚੋਂ ਕੁਛ ਸਿਆਣੇ ਬੰਦਿਆਂ ਨੇ ਰਾਇ ਕਰਕੇ ਇਹ ਕਿਹਾ ਵੀ ਦੇਖੋ ਜੀ 2-2.5 ਸਾਲ ਸਰਕਾਰ ਦੇ ਪਏ ਆ ਅਤੇ ਆਪਾਂ ਸਰਕਾਰ ਵੰਨੀ ਚੱਲੀਏ ਜਿਹੜੇ ਕੋਈ ਆਪਣੇ ਕੰਮ ਕਾਰ ਰਹਿੰਦੇ ਆ ਅਗਰ CM ਸਾਹਿਬ ਆ ਕੇ ਆਪਾਂ ਨੂੰ ਪ੍ਰੋਮਿਸ ਕਰਦੇ ਆ ਆਪਾਂ ਸਰਕਾਰ ਦਾ ਸਮਰਥਨ ਦੇਈਏ ਅਤੇ ਸਾਡਾ ਵੀ ਬੇੜਾ ਪਾਰ ਹੋ ਜੂ ਸ਼ਹਿਰ ਵਾਲੇ ਦੀ ਇਹ ਇੱਛਾ ਵੀ ਸਾਡਾ ਸਾਰਾ ਨਰਕ ਨਿਕਲ ਜੂ ਅਤੇ ਮੈਂ ਇਹਨਾਂ ਦੇ ਨਾਲ ਵੱਜਿਆ ਹੋਇਆ ਜੀ ਮੇਰੀ ਆਪਦੀ ਕੋਈ ਇੱਛਾ ਨਹੀਂ ਨਾ ਮੈਂ ਕੁਛ ਲੈਣਾ ਅੱਜ ਤੱਕ ਹਜੇ ਤੱਕ ਮੇਰੀ ਕਿਸੇ ਨਾਲ ਕੋਈ ਗੱਲ ਨਹੀਂ ਹੋਈ ਮੈਂ ਤੁਹਾਨੂੰ ਸਪਸ਼ਟ ਗੱਲ ਦੱਸਾਂ ਅੱਜ ਤੋਂ ਬਾਅਦ ਮੈਨੂੰ ਹੁਣ ਉਹਨਾਂ ਨੇ ਆਪਣਾ ਕੰਟੈਕਟ ਕਰਨਗੇ ਅਤੇ ਜਦੋਂ ਕਰਨਗੇ ਤੁਹਾਨੂੰ ਜ਼ਰੂਰ ਸਭ ਤੋਂ ਪਹਿਲਾਂ ਤੁਹਾਨੂੰ ਹੀ ਦੱਸਾਂਗੇ ਜੀ ਵੀ ਹੁਣ ਅਸੀਂ ਫਲਾਣੇ ਦਿਨ ਜੁਆਇਨਿੰਗ ਕਰ ਰਹੇ ਹਾਂ ਜੇ ਜੁਆਇਨਿੰਗ ਕਰਦੇ ਹੋ ਤਾਂ ਇਲੈਕਸ਼ਨ ਲੜਿਆ ਜਾਏਗਾ ਬਿਲਕੁਲ ਫਿਰ ਤਾਂ ਲੜਾਂਗੇ ਜੀ ਇਲੈਕਸ਼ਨ
ਇਸੇ ਸ਼ਰਤ ਤੇ ਇਲੈਕਸ਼ਨ ਲੜਾਂਗੇ ਜੀ, ਇਸੇ ਕਰਕੇ ਜੁਆਇਨਿੰਗ ਕਰਾਂਗੇ ਜੀ। ਜੀ ਪਾਰਟੀ ਨੇ ਟਾਈਮ ਦਿੱਤਾ ਰਾਬਤਾ ਕਰਨ ਦਾ, ਕੋਈ ਮੁੱਖ ਮੰਤਰੀ ਨਾਲ ਗੱਲ ਹੋਈ ਹੋਵੇ? ਨਹੀਂ ਨਹੀਂ, ਹਜੇ ਤੱਕ ਨਹੀਂ ਹੋਈ ਸੰਭਾਵਨਾ। ਹਜੇ ਤੱਕ ਥੱਲੇ ਵਾਲਿਆਂ ਨਾਲ ਗੱਲ ਹੋ ਰਹੀ ਆ, ਉਹ ਕਹਿੰਦੇ ਆ ਵੀ ਅਸੀਂ ਗੱਲ ਕਰਾ ਦਿੰਦੇ ਹਾਂ। ਮੈਂ ਉਹਨਾਂ ਨੂੰ ਇਹੀ ਗੱਲ ਦਾ ਜਵਾਬ ਦੇਈ ਜਾਂਦਾ ਵੀ ਮੈਂ ਪਹਿਲਾਂ ਮੇਰੀ ਆਪਣਾ ਸੰਗਤ, ਮੈਂ ਜਿਹਨਾਂ ਨੂੰ ਪਿਆਰ ਕਰਦਾ, ਜਿਹੜੇ ਮੈਨੂੰ ਪਿਆਰ ਕਰਦੇ, ਸੰਗਤ ਮੰਨ ਗਈ। ਹਾਂਜੀ ਸੰਗਤ ਮੰਨ ਗਈ, ਤੁਹਾਡਾ ਦਿਲ ਮੰਨਦਾ ਆਮ ਆਦਮੀ ਪਾਰਟੀ ਜਾਣ ਦਾ? ਐਕਚੁਅਲੀ ਮੇਰਾ ਦਿਲ ਤਾਂ ਹੈ ਹੀ ਨਹੀਂ ਜੀ, ਮੇਰਾ ਦਿਲ ਤਾਂ ਇਹਨਾਂ ਜੀ ਧੜਕਦਾ, ਜਿਹਨਾਂ ਨੇ ਮੈਨੂੰ ਬਣਾਉਣਾ, ਮੈਂ ਮੰਨਾ ਨਾ ਮੰਨਾ ਉਸ ਗੱਲ ਨਾਲ ਕੋਈ ਬੜਾ ਫਰਕ ਨਹੀਂ ਪੈਂਦਾ, ਮੈਂ ਤਾਂ ਇਹਨਾਂ ਵਾਸਤੇ ਲੜ ਰਿਹਾ। ਹੁਣ ਉਹ ਉਹਨਾਂ 'ਤੇ ਡਿਪੈਂਡ ਕਰਦਾ ਜੀ, ਤੁਸੀਂ ਉਹਨਾਂ ਤੋਂ ਪੁੱਛ ਕੇ ਦੱਸ ਦਿਓ, ਮੈਨੂੰ ਡੇਟ ਦੇ ਦਿਓ। ਨਹੀਂ ਮੈਂ ਤਿਆਰ ਹਾਂ ਜੀ, ਹੁਣ ਦੇਖੋ ਜੀ ਮੈਂ ਸਾਰੇ ਇਹਨਾਂ ਪਿਆਰਿਆਂ ਦਾ ਵੱਜਿਆ ਵਿਆਂ, ਇੰਨਾ ਕੁ ਫੇਵਰ ਮੇਰਾ ਤੁਸੀਂ ਕਰ ਦਿਓ ਵੀ ਉਹਨਾਂ ਤੋਂ ਪੁੱਛ ਕੇ ਮੈਨੂੰ ਡੇਟ ਦੇ ਦਿਓ, ਅਤੇ ਜਿੱਦੇ ਮਰਜ਼ੀ ਆ ਕੇ ਸਾਨੂੰ ਰਲਾ ਲੈਣ।